ਦਿਲ ਦਹਿਲਾ ਦੇਣ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਭਰਾ ਨੇ ਆਪਣੇ ਹੀ ਸਗੇ ਭਰਾ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੱਥੋਂ ਤੱਕ ਕਿ ਇਸ ਕਾਤਲ ਭਰਾ ਨੂੰ ਆਪਣੇ 3 ਮਹੀਨੇ ਦੇ ਮਾਸੂਮ ਭਤੀਜੇ ਤੇ ਵੀ ਤਰਸ ਨਹੀਂ ਆਇਆ। ਮ੍ਰਿਤਕ ਅਮਨਦੀਪ ਅਤੇ ਉਸਦੀ ਪਤਨੀ ਮਧੂ ਅਤੇ ਉਹਨਾਂ ਦਾ ਬੇਟਾ ਸ਼ਿਵਮ ਨੂੰ ਸੰਦੀਪ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਕੱਟ ਕੇ ਮੌਤ ਦੇ ਘਾਟ ਉਤਾਰਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੰਦੀਪ ਮੌਕੇ ਤੋਂ ਫਰਾਰ ਹੋ ਗਿਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਹੁਣ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ ਅਤੇ ਪੁਲਿਸ ਹੁਣ ਸੰਦੀਪ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕਰਦੀ ਨਜ਼ਰ ਆ ਰਹੀ ਹੈ, ਜਿਸ ਨੇ ਟ੍ਰਿਪਲ ਮਰਡਰ ਨੂੰ ਅੰਜਾਮ ਦਿੱਤਾ ਹੈ। ਅਤੇ ਦਿਲ ਨੂੰ ਦਹਿਲਾ ਦੇਣ ਵਾਲੇ ਟ੍ਰਿਪਲ ਮਰਡਰ ਦਾ ਇਹ ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ, ਜਿੱਥੇ ਇੱਕ ਭਰਾ ਨੇ ਆਪਣੇ ਹੀ ਸਗੇ ਭਰਾ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਕਿ ਨਿੱਜੀ ਰੰਜਿਸ਼ ਦੇ ਕਾਰਨ ਸੰਦੀਪ ਨੇ ਆਪਣੇ ਭਰਾ ਦੇ ਪਰਿਵਾਰ ਨੂੰ ਖਤਮ ਕੀਤਾ। ਕਿ ਫਾਦਰ ਨੇ ਚੌਕੀ ਮੇ ਜਾ ਕੇ ਜੋ ਮਰਤਕ ਹੈ ਇਸਕੇ ਧਰਮਵੀਰ ਨੇ ਇਤਲਾ ਦੇ ਦੀ ਕਿ ਮੇਰੇ ਦੂਸਰੇ ਲੜਕੇ ਮਨਦੀਪ ਨੇ ਮੇਰੇ ਲੜਕੇ ਅਮਰਦੀਪ ਕਾ ਉਸਕੀ ਘਰਵਾਲੀ ਕਾ ਔਰ ਉਸਕੀ ਬੱਚੀ ਕੋ ਇਸਕੇ ਦਾਰ ਹਥਿਆਰ ਸੇ ਛੋਟੇ ਮਾਰੀ ਹੈ ਔਰ ਦੋ ਆਦਮੀ ਮੌਕੇ ਪਰ ਮਰ ਗਏ ਹੈ ਔਰ ਇੱਕ ਕੋ ਹਸਪਿਟਲ ਲੈ ਗਿਆ ਬੱਚੇ। ਸਰ ਮਰਤਕੋ ਕੇ ਕਿਆ ਨਾਮ ਹੈ? ਅਮਰਦੀਪ ਹੈ, ਇੱਕ ਮਧੂ ਹੈ, ਇੱਕ ਸ਼ਿਵਮ ਹੈ। ਇਹ ਰਿਸ਼ਤੇ ਮੇਂ ਕਿਆ ਲਗਤੇ ਥੇ ਸਰ ਜਿਸਨੇ ਹੱਤਿਆ ਕੀ ਉਸਕੇ ਭਾਈ ਹੈ ਸਗਾ ਭਾਈ। ਸਰ ਆਈਓ ਕਿਤਨੀ ਬਤਾਈ ਗਈ ਹੈ ਕੁਝ ਕਾਰਨ ਦੇ ਸਾਹਮਣੇ ਆਇਆ ਉਹ ਪ੍ਰਥਮ ਪੁੱਛਤਾਛ ਨਾ? ਅਭੀ ਤੱਕ ਤੋ ਕੁਛ ਨਹੀਂ ਆਇਆ ਜੀ, ਉਹ ਘਰਵਾਲੇ ਦੇ ਸਟੇਟਮੈਂਟ ਦੇਂਗੇ ਨਾ ਉਸ ਹਿਸਾਬ ਸੇ ਹਮ ਕਰਵਾਏ। ਕੈਚੀ ਚੀ ਸਿਵਲ ਹਸਪੀਟਲ ਮੇਂ ਪੋਸਟਮਾਰਟਮ ਕੇ ਲਿਏ ਭੇਜ ਦਿਆ, ਭੇਜ ਰਹੇ ਅਭੀ ਭੇਜ ਰਹੇ ਹੈ, ਬਟ ਟੀਮ ਆਈ ਹੈ ਅਪਨੇ ਸਰ ਟੀਮ ਆ ਗਈ ਉਸਕੇ ਬਾਅਦ ਵੀ। ਦਿਲ ਦਹਿਲਾ ਦੇਣ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਭਰਾ ਨੇ ਆਪਣੇ ਹੀ ਸਗੇ ਭਰਾ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੱਥੋਂ ਤੱਕ ਕਿ ਇਸ ਕਾਤਲ ਭਰਾ ਨੂੰ ਆਪਣੇ 3 ਮਹੀਨੇ ਦੇ ਮਾਸੂਮ ਭਤੀਜੇ ਤੇ ਵੀ ਤਰਸ ਨਹੀਂ ਆਇਆ। ਮ੍ਰਿਤਕ ਅਮਨਦੀਪ ਅਤੇ ਉਸਦੀ ਪਤਨੀ ਮਧੂ ਅਤੇ ਉਹਨਾਂ ਦਾ ਬੇਟਾ ਸ਼ਿਵਮ ਨੂੰ ਸੰਦੀਪ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਕੱਟ ਕੇ ਮੌਤ ਦੇ ਘਾਟ ਉਤਾਰਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੰਦੀਪ ਮੌਕੇ ਤੋਂ ਫਰਾਰ ਹੋ ਗਿਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਹੁਣ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ ਅਤੇ ਪੁਲਿਸ ਹੁਣ ਸੰਦੀਪ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕਰਦੀ ਨਜ਼ਰ ਆ ਰਹੀ ਹੈ, ਜਿਸ ਨੇ ਟ੍ਰਿਪਲ ਮਰਡਰ ਨੂੰ ਅੰਜਾਮ ਦਿੱਤਾ ਹੈ। ਅਤੇ ਦਿਲ ਨੂੰ ਦਹਿਲਾ ਦੇਣ ਵਾਲੇ ਟ੍ਰਿਪਲ ਮਰਡਰ ਦਾ ਇਹ ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ, ਜਿੱਥੇ ਇੱਕ ਭਰਾ ਨੇ ਆਪਣੇ ਹੀ ਸਗੇ ਭਰਾ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਕਿ ਨਿੱਜੀ ਰੰਜਿਸ਼ ਦੇ ਕਾਰਨ ਸੰਦੀਪ ਨੇ ਆਪਣੇ ਭਰਾ ਦੇ ਪਰਿਵਾਰ ਨੂੰ ਖਤਮ ਕੀਤਾ ਹੈ। ਫਾਦਰ ਨੇ ਚੌਕੀ ਮੇ ਜਾ ਕੇ ਜੋ ਮਰਤਕ ਹੈ ਇਸਕੇ ਧਰਮਵੀਰ ਨੇ ਇਤਲਾ ਦੇ ਦੀ ਕਿ ਮੇਰੇ ਦੂਸਰੇ ਲੜਕੇ ਨੇ ਮਨਦੀਪ ਨੇ ਮੇਰੇ ਲੜਕੇ ਅਮਰਦੀਪ ਕਾ ਉਸਕੀ ਘਰਵਾਲੀ ਕਾ ਔਰ ਉਸਕੀ ਬੱਚੀ ਕੋ ਇਸਕੇ ਦਾਰ ਹਥਿਆਰ ਸੇ ਛੋਟੇ ਮਾਰੀ ਹੈ ਔਰ ਦੋ ਆਦਮੀ ਮੌਕੇ ਪਰ ਮਰ ਗਏ ਹੈ ਔਰ ਇੱਕ ਕੋ ਹਸਪਿਟਲ ਲੈ ਗਿਆ ਬੱਚੇ। ਸਰ ਮ੍ਰਿਤਕੋ ਕੇ ਕਿਆ ਨਾਮ ਹੈ? ਅਮਰਦੀਪ ਹੈ, ਇੱਕ ਮਧੂ ਹੈ, ਇੱਕ ਸ਼ਿਵਮ ਹੈ। ਇਹ ਰਿਸ਼ਤੇ ਮੇਂ ਕਿਆ ਲਗਤੇ ਥੇ ਸਰ ਜਿਸਨੇ ਹੱਤਿਆ ਕੀ ਉਸਕੇ ਭਾਈ ਹੈ ਸਗਾ ਭਾਈ। ਸਰ ਆਈਓ ਕਿਤਨੀ ਬਤਾਈ ਗਈ ਹੈ ਕੁਝ ਕਾਰਨ ਦੇ ਸਾਹਮਣੇ ਆਇਆ ਉਹ ਪ੍ਰਥਮ ਪੁੱਛਤਾਛ ਨਾ? ਅਭੀ ਤੱਕ ਤੋ ਕੁਛ ਨਹੀਂ ਆਇਆ ਜੀ, ਉਹ ਘਰਵਾਲੇ ਦੇ ਸਟੇਟਮੈਂਟ ਦੇਂਗੇ ਨਾ ਉਸ ਹਿਸਾਬ ਸੇ ਹਮ ਕਰਵਾਏ। ਕੈਚੀ ਚੀ ਸਿਵਲ ਹਸਪੀਟਲ ਮੇਂ ਪੋਸਟਮਾਰਟਮ ਕੇ ਲਿਏ ਭੇਜ ਦਿਆ, ਭੇਜ ਰਹੇ ਅਭੀ ਭੇਜ ਰਹੇ ਹੈ, ਬਟ ਟੀਮ ਆਈ ਹੈ ਸਪੈਸ਼ਲ ਟੀਮ ਆ ਗਈ ਉਸਕੇ ਬਾਅਦ ਵੀ।